ना हम गिरते, ना हम गिरते।
जैसा मगहर तैसी काशी, जैसा मगहर तैसी काशी, हम एक कर जानी, हम एक कर जानी, हम निर्तन जो एहो तन पाया, हम निर्तन जो एहो तन पाया, मरते फूट गुमानी, मरते फूट गुमानी,
करे गुमान चुभ तिस सूला करे गुमान चुभ तिस सूला को काटन को नाही को काटन को नाही अजय सुचोब का बिलल बिलाते अजय सुचोब का बिलल बिलाते नरके कोर पचाई नरके कोर पचाई कवन नरक क्या सुर्ग बिचारा कवन नरक क्या सुर्ग बिचारा संतन तो राते संतन तो राते हम काहूं की कान न करते हम काहूं की कान न करते अपने गुर पर साते अपने गुर पर साते अब तो जाए चढ़े सिंहासन अब तो जाए
मिले है सारंग पानी, मिले है सारंग पानी। राम कबीरा एक पहे हैं, राम कबीरा एक पहे हैं, कोई न सके पहचानी, कोई न सके पहचानी। हम तो प्रसाद सुखी साथ Bye.
सिमरो सिमर सिमर सुख पावो, कल कलेश तन माए मिटावो, सुख पावो सुख पावो सुख पावो सुख पावो। सिमरो सिमर सिमर सुख पावो, कल कलेश तन माए मिटावो, सुख पावो सुख पावो सुख पावो सुख पावो। सिमरो जास विशंबरे के नाम जपत अगलत अनेक, सुख पावो सुख पावो सुख पावो सुख पावो। सिमरो जास विशंबरे के नाम जपत अगलत अनेक, सुख पावो सुख पावो सुख पावो सुख पावो। सिमरो सिमर सिमर सुख पावो, कल कलेश तन माए मिटावो, सुख पावो सुख पावो सुख पावो सुख पावो। सिमरत सुधाकर कीने राम नाम एक आखर, सुख पाओ सुख पाओ सुख पाओ सुख पाओ। वेद पुराण सिमरत सुधाकर कीने राम नाम एक आखर, सुख पाओ सुख पावो, कल कलेश तन माए मिटावो, सुख पावो 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 सुख पावो। सुखमनी साहब जी की पवित्र बाणी विच ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ, ਜੇ ਸਦੀਵੀ ਸੁੱਖ ਲੋੜਦੇ ਹੋ, ਜੇ ਚਾਹੁੰਦੇ ਹੋ ਸਾਡਾ ਲੋਕ ਪਰਲੋਕ ਸੁਖੀ ਹੋਵੇ, ਤਾਂ ਫਿਰ ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਸਿਮਰਨ ਵਿੱਚ ਸੁੱਖ ਹੈ, ਕੋਈ ਦਾਨ ਕਰ ਰਿਹਾ, ਕੋਈ ਪੁੰਨ ਕਰ ਰਿਹਾ, ਕੋਈ ਜਲ ਧਾਰੇ ਕਰ ਰਿਹਾ, ਕੋਈ ਲੰਗਰ ਲਾਈ ਬੈਠਾ, ਕੋਈ ਕੁਝ ਕਰ ਰਿਹਾ, ਇਹ ਸਾਰੇ ਹੀ ਕੰਮ ਚੰਗੇ ਹਨ, ਪਰ ਨਾਮ ਤੁਲ ਕਿਸੇ ਅਵਰ ਨਾ ਹੋਏ। ਜਿੱਥੇ ਨਾਮ ਹੈ, ਜਿੱਥੇ ਨਾਮ ਸਹਾਇਤਾ ਕਰਦਾ, ਉੱਥੇ ਕੋਈ ਹੋਰ ਵਸਤੂ ਸਹਾਈ ਨਹੀਂ ਹੁੰਦੀ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਭਾਈ ਸੁੱਖ ਪਾਵੋ।
ਜਿਨ੍ਹਾਂ ਨੇ ਵੀ ਸੁੱਖ ਪਾਉਣਾ ਹੈ ਉਹ ਸਾਸ ਗ੍ਰਾਸ ਜਪੋ ਸ੍ਰੀ ਵਾਹਿਗੁਰੂ। ਸੁੱਖ ਪਾਵੋ ਸੁੱਖ ਪਾਵੋ ਸੁੱਖ ਪਾਵੋ ਸੁੱਖ ਪਾਵੋ ਸੁੱਖ ਪਾਵੋ ਤਨ ਮਾਇ ਮਿਟਾਵੋ। ਸੁੱਖ ਪਾਵੋ 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 ਅਮਰਦਾਸ ਪਾਤਸ਼ਾਹ ਜੀ ਨੂੰ ਪੂਰਨ ਗੁਰੂ ਦੀ ਭਾਲ ਸੀ, ਪਰ ਜਦੋਂ ਗੁਰੂ ਕੀ ਬਾਣੀ ਕੰਨਾਂ ਤੇ ਪਈ, ਮਨ ਨੂੰ ਸੁੱਖ ਮਿਲਿਆ, ਸ਼ਾਂਤੀ ਮਿਲੀ, ਪਤਾ ਲੱਗਿਆ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ। ਤੇ ਆਪ ਫਿਰ ਜਦੋਂ ਗੁਰੂ ਧਾਰਨ ਕਰਕੇ ਨਾਮ ਦੇ ਨਾਲ ਜੁੜ ਗਏ ਤੇ ਫਿਰ ਆਪ ਹੀ ਨਹੀਂ ਨਾਮ ਜਪਿਆ, ਆਪਣਾ ਮਨ ਸੁਖੀ ਨਹੀਂ ਹੋਇਆ ਨਾਮ ਜਪ ਕੇ, ਸਾਰੇ ਸੰਸਾਰ ਵਿੱਚ ਨਾਮ ਦਾ ਸ਼ਕਤਾ ਦੇ ਕੇ ਅਨੇਕ ਜੀਵਾਂ ਦਾ ਉਧਾਰ ਕਰ ਦਿੱਤਾ। ਇਹ ਨਾਮ ਇੱਕ ਐਸੀ ਵਸਤੂ ਹੈ ਕਿ ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰਗਹਿ ਪਤ ਸਿਉਂ ਜਾਏਗਾ। ਇੱਕ ਨਾਮ ਐਸੀ ਵਸਤੂ ਹੈ ਜਿਹੜੀ ਆਪ ਹੀ ਨਹੀਂ, ਸਿਰਫ ਕੁਟੰਬ ਹੀ ਨਹੀਂ, ਜਿਨ ਜਪਿਆ ਤਿਸ ਕੋ ਬਲਿਹਾਰ। ਗੁਰੂ ਉਸ ਤੋਂ ਸਦਕੇ ਜਾ ਰਿਹਾ ਜਿਨ੍ਹਾਂ ਨੇ ਜਪਿਆ, ਆਖਿਆ ਤਿਸ ਕੇ ਸੰਗ ਤਰੇ ਸੰਸਾਰ, ਸਾਰੇ ਸੰਸਾਰ ਦਾ ਭਲਾ ਹੋ ਗਿਆ। ਜਿਨ੍ਹਾਂ ਨੇ ਭਾਈ ਆਪ ਜਪਿਆ ਤੇ ਸੰਸਾਰ ਪਾਸੋਂ ਜਪਾਇਆ, ਇਸ ਲਈ ਹਜ਼ੂਰ ਦਾ ਬਚਨ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ 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 ਸਿਮਰੋ ਸਿਮਰ ਸਿਮਰ ਸੁੱਖ ਸੁੱਖ ਪਾਵੋ।
ਸਿਮਰਤ ਸੁਧਾ ਕਰ ਕੀਨੇ ਰਾਮ ਨਾਮ ਇੱਕ ਆਖਰ ਸੁਖ ਪਾਓ ਸਾਹਿਬ ਮਹਾਰਾਜ ਨਾਮ ਦਾ ਭੰਡਾਰ ਹੈ ਲਾਲ ਜਵੇਹਰ ਪਰੇ ਭੰਡਾਰ ਹਜ਼ੂਰ ਕਹਿੰਦੇ ਨੇ ਕੋਈ ਕਿਨਕਾ ਕੋਈ ਅੱਖਰ ਹਿਰਦੇ ਵਿੱਚ ਵਸਾ ਲੇਗਾ ਤੇਰਾ ਲੋਕ ਪਰਲੋਕ ਸੁਰ ਜਾਏਗਾ ਜੇ ਰੱਤੀ ਹਿਰਦੇ ਵਿੱਚ ਨਾਮ ਨਹੀਂ ਵਸਿਆ ਤੇਰੇ ਬੇਸ਼ੱਕ ਦੁਨੀਆਂ ਦੀਆਂ ਪਾਤਸ਼ਾਹੀਆਂ ਧਨ ਦੌਲਤ ਪਦਾਰਥ ਸਾਰੇ ਤੇਰੇ ਕੋਲ ਮੌਜੂਦ ਹਨ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਜੇ ਰੱਤੀ ਨਾਮ ਨਹੀਂ ਵਸਿਆ ਤਾਂ ਇਹ ਮਨੁੱਖ ਤੇਰੀ ਦਰਗਾਹ ਵਿੱਚ ਕੌਡੀ ਵੀ ਕੀਮਤ ਨਹੀਂ ਪੈਣੀ ਏਕ ਰੱਤੀ ਬਿਨ ਏਕ ਰੱਤੀ ਕੇ ਤੇ ਜੇ ਵਸ ਗਿਆ ਕਿਨਕਾ ਨਾਮ ਦਾ ਤੇਰੇ ਹਿਰਦੇ ਵਿੱਚ ਤੇਰੇ ਜੀਵਨ ਨੂੰ ਨੂਰੋ ਨੂਰ ਕਰ ਦੇਵੇਗਾ ਇੱਕ ਸਤ ਪੁਰਸ਼ ਨੇ ਸੋਨੇ ਦੀਆਂ ਤਿੰਨ ਮੂਰਤੀਆਂ ਬਣਾਈਆਂ ਇੱਕੋ ਜੈਸੀ ਸ਼ਕਲ ਹੈ ਇੱਕੋ ਜਿਤਨਾ ਵਜਨ ਹੈ ਉਹਦੀ ਕੀਮਤ ਪਵਾਉਣ ਲਈ ਤੁਰ ਪਿਆ ਜਿੱਥੇ ਜਾਂਦਾ ਹੈ ਉਹ ਇੱਕੋ ਜਿਹੀ ਕੀਮਤ ਪਾਉਂਦੇ ਹਨ ਕਿਉਂਕਿ ਸੁਨਿਆਰ ਨੇ ਸਰਾਫ ਨੇ ਤਾਂ ਸੋਨੇ ਦੀ ਕੀਮਤ ਵੇਖਣੀ ਹੈ ਆਪਣੀ ਆਪਣੀ ਨਜ਼ਰ ਹੈ ਜਿੱਥੇ ਜਾਵੇ ਉਹ ਇੱਕੋ ਜਿਹੀ ਕੀਮਤ ਪਾਉਣ ਕਹਿਣ ਲੱਗਾ ਨਹੀਂ ਇਹਨਾਂ ਦੀ ਇੱਕ ਕੀਮਤ ਨਹੀਂ ਹੋ ਸਕਦੀ ਤਤ ਵੇਤਾ ਸਾਸ ਗ੍ਰਾਸ ਭਗਤੀ ਕਰਨ ਵਾਲੇ ਮਹਾਂਪੁਰਖ ਬੈਠੇ ਸਨ ਉਹਨਾਂ ਕੋਲ ਲੈ ਗਿਆ ਉਹਨਾਂ ਮੂਰਤੀਆਂ ਨੂੰ ਮਹਾਰਾਜ ਇਹ ਸੋਨੇ ਦੀਆਂ ਮੂਰਤੀਆਂ ਹਨ ਇਹਨਾਂ ਦੀ ਕੀਮਤ ਪਾਓ ਮਹਾਂਪੁਰਖਾਂ ਨੇ ਇੱਕ ਤਾਰ ਲੈ ਕੇ ਇੱਕ ਮੂਰਤੀ ਦੇ ਕੰਨ ਵਿੱਚ ਪਾਈ ਉਹ ਤਾਰ ਦੂਸਰੇ ਪਾਸੋਂ ਨਿਕਲ ਗਈ ਮਹਾਂਪੁਰਖ ਕਹਿਣ ਲੱਗੇ ਇਸ ਮੂਰਤੀ ਦੀ ਤਾਂ ਪੰਨੀ ਕੌਡੀ ਵੀ ਕੀਮਤ ਨਹੀਂ ਹੈ ਇਸ ਨੂੰ ਪਰੇ ਰੱਖ ਦੇ ਦੂਸਰੀ ਮੂਰਤੀ ਦੇ ਕੰਨ ਵਿੱਚ ਤਾਰ ਪਾਈ ਉਹ ਮੁੱਖ ਤੋਂ ਨਿਕਲ ਗਈ ਮਹਾਂਪੁਰਖ ਕਹਿਣ ਲੱਗੇ ਇਹਦੀ ਕੁਝ ਕੀਮਤ ਹੈ ਤੀਸਰੀ ਮੂਰਤੀ ਦੇ ਕੰਨ ਵਿੱਚ ਜਦੋਂ ਤਾਰ ਪਾਈ ਤਾਂ ਉਹ ਸਾਰੀ ਦੀ ਸਾਰੀ ਅੰਦਰ ਚਲੀ ਗਈ ਮਹਾਂਪੁਰਖਾਂ ਨੇ ਉਸ ਮੂਰਤ ਅੱਗੇ ਨਮਸਕਾਰ ਵੀ ਕੀਤੀ ਤੇ ਕਹਿਣ ਲੱਗੇ ਇਸ ਮੂਰਤੀ ਦੀ ਕੀਮਤ ਕੋਈ ਅਦਾ ਨਹੀਂ ਕਰ ਸਕਦਾ ਕੋਈ ਦੇ ਨਹੀਂ ਸਕਦਾ ਜਿਹੜੇ ਮਨੁੱਖ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਨ ਜਾਂ ਕੋਲ ਜਾ ਬਹਿੰਦੇ ਹਨ ਉਮਰਾਂ ਬੀਤ ਗਈਆਂ ਕੋਈ ਕਿਨਕਾ ਨਾਮ ਦਾ ਹਿਰਦੇ ਵਿੱਚ ਨਹੀਂ ਵਸਿਆ ਤਾਂ ਹਜ਼ੂਰ ਕਹਿੰਦੇ ਹਨ ਉਹਦਾ ਕੋਈ ਮੁੱਲ ਨਹੀਂ ਪੈਣ ਵਾਲਾ
ਕਿਉਂਕਿ ਗੁਰ ਦਿੱਠੇ ਮੁਕਤ ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਜਿਤਨੇ ਤੱਕ ਸ਼ਬਦ ਦੇ ਨਾਲ ਪਿਆਰ ਨਹੀਂ ਕਰਾਂਗੇ, ਹਿਰਦੇ ਵਿੱਚ ਨਹੀਂ ਵਸਾਵਾਂਗੇ। ਆ ਜੋ ਸਭ ਤੋਂ ਪਿਆਰੀ ਵਸਤੂ ਹੁੰਦੀ ਹੈ ਉਸਨੂੰ ਕੰਠ ਨਾਲ ਲਗਾ ਕੇ ਰੱਖੀਦਾ। ਤੇ ਹਜ਼ੂਰ ਵੀ ਤਾਂ ਸਾਨੂੰ ਇਹੀ ਸੁਮਤੀ ਦਿੰਦੇ ਹਨ ਕਿ ਹਰ ਕਾ ਨਾਮ ਰੱਖ ਕੰਠ ਪਰ ਹੋਏ। ਜਿਹੜੀ ਸਭ ਤੋਂ ਪਿਆਰੀ ਵਸਤੂ ਹੋਵੇ ਉਹਨੂੰ ਕੰਠ ਨਾਲ ਲਾ ਕੇ ਰੱਖੀਦਾ। ਕਈ ਮਨੁੱਖ ਐਸੇ ਵੀ ਹੁੰਦੇ ਹਨ ਜੋ ਕੰਨਾਂ ਦੁਆਰਾ ਬਾਣੀ ਸੁਣਦੇ ਹਨ, ਰਸਨਾ ਦੁਆਰਾ ਜਪਦੇ ਵੀ ਹਨ, ਪਰ ਗੁਰੂ ਕੀ ਬਾਣੀ ਦੀ ਵਿਚਾਰ ਬਹੁਤ ਘੱਟ ਹੈ। ਇਹ ਨਹੀਂ ਵਿਚਾਰਿਆ ਕਿ ਅੱਜ ਸਤਿਗੁਰਾਂ ਨੇ ਬਾਣੀ ਵਿੱਚ ਸਾਨੂੰ ਕੀ ਸ਼ੁਭ ਉਪਦੇਸ਼ ਦਿੱਤਾ ਹੈ, ਕੱਲ ਤੋਂ ਅੱਜ ਸਾਡੇ ਆਤਮਕ ਉੱਨਤੀ ਵਿੱਚ ਕਿਤਨਾ ਕੁ ਫਰਕ ਪਿਆ, ਕਿਤਨੀ ਕੁ ਪਰਿਵਰਤਨ ਆਈ ਹੈ। ਆਖਿਆ ਇਹ ਵੀ ਕਦੇ ਨਾ ਕਦੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਦੇ ਨਾ ਕਦੇ ਜੁੜ ਜਾਣਗੇ ਮਾਲਕ ਦੇ ਚਰਨਾਂ ਨਾਲ। ਪਰ ਐਸੇ ਪੂਰਨ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਜੋ ਹੁੰਦੇ ਹਨ, ਜਿਹੜੇ ਰਸਨਾ ਦੁਆਰਾ ਜਪਦੇ ਹਨ, ਕੰਨਾਂ ਨੂੰ ਕਟੋਰੀਆਂ ਬਣਾ ਕੇ ਉਹ ਨਾਮ ਦਾ ਅੰਮ੍ਰਿਤ ਆਪਣੇ ਹਿਰਦੇ ਵਿੱਚ ਜਾ ਵਸਾਉਂਦੇ ਹਨ, ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹਜ਼ੂਰ ਦਾ ਬਚਨ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਦੋਂ ਅਸੀਂ ਗਾਉਂਦੇ ਹਾਂ ਸਾਡੇ ਕੰਨ ਸੁਣਦੇ ਹਨ, ਜੇ ਕੰਨ ਨਾ ਸੁਣਨ ਤਾਂ ਪਤਾ ਹੀ ਨਹੀਂ ਲੱਗਦਾ ਬਈ ਸੁਰ ਵਿੱਚ ਗਾ ਰਹੇ ਹਾਂ ਜਾਂ ਬੇਸੁਰਾ ਗਾ ਰਹੇ ਹਾਂ। ਆਖਿਆ ਇਹਨਾਂ ਕੰਨਾਂ ਨੂੰ ਕਟੋਰੀਆਂ ਬਣਾ। ਇਹ ਗੁਰੂ ਕੀ ਬਾਣੀ ਕੋਈ ਕੰਨ ਰਸ ਨਹੀਂ ਹੈ, ਇਹ ਤਾਂ ਆਤਮਾ ਦੀ ਖੁਰਾਕ ਹੈ, ਭੋਜਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜਦੋਂ ਬਾਣੀ ਦਾ ਜਹਾਜ਼ ਰਚਿਆ ਤਾਂ ਫਿਰ ਇਸ਼ਾਰਾ ਕਰਕੇ ਦੱਸਿਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਜਿਹੜਾ ਮਨ ਕਰਕੇ ਗੁਰੂ ਕੀ ਬਾਣੀ ਪੜ੍ਹਦਾ, ਗੁਰੂ ਕੀ ਬਾਣੀ ਸੁਣਦਾ, ਹਿਰਦੇ ਵਿੱਚ ਵਸਾਉਂਦਾ, ਸਤਿਗੁਰਾਂ ਨੇ ਮੋਹਰ ਲਾ ਦਿੱਤੀ ਬਈ ਉਹ ਪਰਮ ਗਤੀ ਨੂੰ ਪ੍ਰਾਪਤ ਹੋਣਗੇ, ਉਹਨਾਂ ਦਾ ਉਧਾਰ ਹੋਵੇਗਾ। ਇਸ ਲਈ ਕਿਨਕਾ ਏਕ ਜਿਸ ਜੀਆ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਿਨਕਾ ਏਕ ਜਿਸ ਜੀਏ ਵਸਾਵੈ, ਤਾਂ ਕਿ ਮਹਿਮਾ
ਸੁਖ ਪਾਵੋ। ਸਤਨਾਮ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ, ਸੁਖ ਪਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਤਲ ਕਲੇਸ਼ ਤਨ ਮਾਏ ਮਿਟਾਵੋ। ਸੁਖ ਪਾਵੋ, 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 ਸੁਖ ਪਾਵੋ। ਹਜ਼ੂਰ ਦਾ ਬਚਨ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਓ। ਕਿਉਂਕਿ ਸਰਬ ਰੋਗ ਕਾ ਅਵ ਖੁਦ ਨਾਮ, ਸੰਸਾਰ ਰੋਗੀ ਨਾਮ ਦਾਰੂ। ਹਜ਼ੂਰ ਦਾ ਬਚਨ ਹੈ ਕਿ ਸਾਰੇ ਸੰਸਾਰ ਵਿੱਚ ਨਿਗਾਹ ਮਾਰ ਕੇ ਵੇਖ ਲਓ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੱਧਰ ਵੀ ਵੇਖੋਗੇ ਕੋਈ ਨਾ ਕੋਈ ਦੁੱਖ ਹਰ ਇੱਕ ਨੂੰ ਲੱਗਾ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਬਾਲੀ ਰੋਵੈ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਪਰ ਇਹ ਦੁੱਖ, ਇਹ ਦੁੱਖਾਂ ਦਾ ਅੰਤ ਕਦੋਂ ਹੋਵੇਗਾ? ਜਦੋਂ ਸਤ ਸੰਗਤ ਵਿੱਚ ਬਹਿ ਕੇ ਜਪੇਗਾ ਸ੍ਰੀ ਵਾਹਿਗੁਰੂ, ਤਾਂ ਹੀ ਦੁੱਖਾਂ ਦਾ ਅੰਤ ਹੋਵੇਗਾ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਕੀਰਤਨ ਗੁਣ ਗਾਮ। ਮਹਾਂਪੁਰਖ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪੂਰਨ ਮਹਾਂਪੁਰਖ ਹੋਏ ਹਨ, ਜੋ ਸਾਸ ਗ੍ਰਾਸ ਬੰਦਗੀ ਕਰਨ ਵਾਲੇ ਸਨ ਔਰ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਸਾਂ ਪਾਤਸ਼ੀ ਦਾ ਸਵਰੂਪ ਸਮਝ ਕੇ, ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਪੂਜਾ ਕਰਦੇ ਸਨ। ਕਈ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਕੇਵਲ ਰੂਹਾਨੀ ਗਿਆਨ ਸਮਝਦੇ ਹਨ, ਪਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਪ੍ਰਗਟ ਗੁਰਾਂ ਕੀ ਦੇਹ ਕਹਿ ਕੇ ਸਾਨੂੰ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਤੋ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਦੇ ਪਾਸ ਜੰਮੂ ਦਾ ਮਹਾਰਾਜਾ ਰਾਜਾ ਪ੍ਰਤਾਪ ਸਿੰਘ
ਮਹਾਂਪੁਰਖਾਂ ਦੀ ਉਪਮਾ ਸੁਣ ਕੇ ਆਇਆ। ਰਾਣੀ ਵੀ ਨਾਲ ਹੈ, ਪਰਿਵਾਰ ਵੀ ਨਾਲ ਹੈ। ਹੋਤੀ ਮਰਦਾਨ ਜਦੋਂ ਪਤਾ ਲੱਗਿਆ ਡਿਪਟੀ ਕਮਿਸ਼ਨਰ ਨੂੰ, ਉਸਨੇ ਬੜੀਆਂ ਸੁਹਾਗਤ ਦੀਆਂ ਤਿਆਰੀਆਂ ਕੀਤੀਆਂ, ਪ੍ਰੋਗਰਾਮ ਬਣਾਏ। ਪਰ ਰਾਜਾ ਪ੍ਰਤਾਪ ਸਿੰਘ ਨੂੰ ਜਦੋਂ ਪਤਾ ਲੱਗਿਆ ਤਾਂ ਸਾਰਿਆਂ ਨੂੰ ਰੋਕ ਦਿੱਤਾ। ਆਖਿਆ, ਮੈਂ ਕੋਈ ਇੱਥੇ ਰਾਜਾ ਬਣ ਕੇ ਨਹੀਂ ਆ ਰਿਹਾ, ਮੈਂ ਤਾਂ ਮੁਰੀਦ ਬਣ ਕੇ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਕੂਕਰ ਬਣ ਕੇ, ਸੇਵਕ ਬਣ ਕੇ ਆ ਰਿਹਾ। ਮਹਾਂਪੁਰਖਾਂ ਦੇ ਡੇਰੇ ਜਦੋਂ ਪਹੁੰਚਿਆ, ਸੇਵਕਾਂ ਨੇ ਜਾ ਕੇ ਅੰਦਰ ਬੇਨਤੀ ਕੀਤੀ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ, ਮਹਾਰਾਜ ਜੰਮੂ ਦਾ ਰਾਜਾ ਆਇਆ, ਸਹਿਤ ਪਰਿਵਾਰ ਦੇ ਆਇਆ, ਤੇ ਕੀ ਹੁਕਮ ਹੈ? ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਉਸਨੂੰ ਜਲ ਪਾਣੀ ਛਕਾ ਕੇ ਤੇ ਸਤ ਸੰਗਤ ਵਿੱਚ ਲਿਆਓ, ਤੇ ਸੰਗਤ ਦੇ ਦਰਸ਼ਨ ਕਰਨ ਆਵਾਂਗੇ ਤੇ ਉੱਥੇ ਮਿਲਾਪ ਹੋ ਜਾਏਗਾ। ਰਾਜੇ ਨੂੰ ਜਲ ਪਾਣੀ ਛਕਾਇਆ, ਸੰਗਤ ਵਿੱਚ ਬਿਠਾਇਆ, ਐਸਾ ਮਹਾਨ ਕੀਰਤਨ ਔਰ ਐਸੇ ਮਹਾਂਪੁਰਖਾਂ ਦੇ ਪ੍ਰਵਚਨ, ਅਮਲੀਕ ਲਾਲ ਏ ਰਤਨ, ਇਉਂ ਪ੍ਰਤੀਤ ਹੋਇਆ ਜਿਵੇਂ ਅੱਜ ਬੈਕੁੰਠ ਅਰਸ਼ਾਂ ਤੇ ਨਹੀਂ ਫਰਸ਼ਾਂ ਤੇ ਆ ਬਿਰਾਜਿਆ। ਕਿਉਂਕਿ ਜਿੱਥੇ ਸਾਸ ਗ੍ਰਾਸ ਭਗਤੀ ਕਰਨ ਵਾਲੇ ਮਹਾਂਪੁਰਖ ਬੈਠੇ ਹੁੰਦੇ ਹਨ ਨਾ, ਉਹ ਬੈਕੁੰਠ ਨਗਰ ਬਣ ਜਾਂਦਾ ਹੈ। ਉਚਾਰਨ ਕਰੋ ਸ੍ਰੀ ਬੈਕੁੰਠ ਨਗਰ ਜਹਿ ਸੰਤ ਵਾਸਾ। ਹਜ਼ੂਰ ਦਾ ਬਚਨ ਹੈ, ਅੱਠ ਸੱਠ ਤੀਰਥ ਜਹਿ ਸਾਧ ਪੱਗ ਧਰੈ, ਤਾਂ ਬੈਕੁੰਠ ਜਹਿ ਨਾਮ ਉਚਰੈ। ਉਹ ਬੈਕੁੰਠ ਹੈ ਜਿੱਥੇ ਨਾਮ ਉਚਰਿਆ ਜਾ ਰਿਹਾ। ਇਸੇ ਲਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹਨ, ਸੁਖ ਪਾਵੋ ਸਿਮਰੋ ਸਿਮਰ ਸਿਮਰ। ਸੁਖ ਪਾਵੋ 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 ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਏ ਮਿਟਾਵੋ। ਸੁਖ ਪਾਵੋ 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 ਸੁਖ ਪਾਵੋ। ਕਿਨਖਾ ਏਕ ਜਿਸ ਜੀਏ ਬਸਾਵੇ, ਤਾਂ ਕਿ ਮੈਂ ਮਾਗਨੀ ਨਾ ਆਵੇ। ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਕਾਖੀ ਏਕ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਪਾਵੋ ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਸੁਖ ਪਾਵੋ
ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸੁਖ ਪਾਓ ਸੁਖ ਪਾਓ ਸੁਖ ਪਾਓ ਸੁਖ ਪਾਓ ਗੁਰੂ ਕੀ ਬਾਣੀ ਇਹ ਸੁੱਖਾਂ ਦੀ ਦਾਤੀ ਹੈ ਜਦੋਂ ਰਾਜੇ ਨੇ ਕੀਰਤਨ ਸਰਵਨ ਕੀਤਾ ਮਹਾਂਪੁਰਖਾਂ ਦੇ ਪ੍ਰਵਚਨ ਅਮਲੀਕ ਲਾਲ ਇਹ ਰਤਨ ਜਦੋਂ ਮਹਾਂਪੁਰਖਾਂ ਦੇ ਬਚਨ ਸੁਣੇ ਤਾਂ ਤਨ ਮਨ ਮੋਹਿਆ ਗਿਆ ਬੜਾ ਸੁੱਖ ਮਿਲਿਆ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਮਹਾਂਪੁਰਖਾਂ ਨੇ ਜੀਵ ਆਇਆ ਆਖਿਆ ਤੇ ਪੁੱਛਿਆ ਰਾਜਾ ਕਿਵੇਂ ਆਮਦ ਹੋਈ ਹੈ ਜੀਵ ਆਇਆ ਤੇ ਰਾਜੇ ਨੇ ਰੋ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਬਗੰਦਰ ਦਾ ਰੋਗ ਹੈ ਬੜੇ ਬੜੇ ਡਾਕਟਰਾਂ ਹਕੀਮਾਂ ਨੂੰ ਵਿਖਾ ਚੁੱਕਿਆ ਸਭ ਨੇ ਜਵਾਬ ਦਿੱਤਾ ਗੁਰੂ ਨਾਨਕ ਦਾ ਦਰ ਜਾਣ ਕੇ ਕਿਉਂਕਿ ਆਪ ਗੁਰੂ ਨਾਨਕ ਦੇ ਪਿਆਰੇ ਹੋ ਇਸ ਲਈ ਮੈਂ ਤੁਹਾਡੀ ਬੜੀ ਉਪਮਾ ਸੁਣ ਕੇ ਆਇਆ ਕਿਰਪਾ ਕਰੋ ਮੇਰਾ ਸਰੀਰਕ ਰੋਗ ਵੀ ਠੀਕ ਹੋ ਜਾਵੇ ਤੇ ਕੋਈ ਵਾਰਸ ਵੀ ਭੇਜੋ ਮੇਰੇ ਘਰ ਕੋਈ ਔਲਾਦ ਨਹੀਂ ਮੇਰੇ ਘਰ ਸਪੁੱਤਰ ਦੀ ਵੀ ਦਾਤ ਬਖਸ਼ੋ ਤਾਂ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਮਹਾਂਪੁਰਖ ਦਾ ਕੋਈ ਬਚਨ ਮੰਨ ਲਵੇ ਸਾਰੀਆਂ ਹੀ ਦਾਤਾਂ ਗੁਰੂ ਕੋਲੋਂ ਦਿਵਾ ਸਕਦੇ ਹਨ ਮਹਾਂਪੁਰਖਾਂ ਨੇ ਰਾਜੇ ਔਰ ਰਾਣੀ ਨੂੰ ਸੰਬੋਧਨ ਕਰਕੇ ਆਖਿਆ ਬਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪੰਜ ਪਾਠ ਰੋਜ਼ ਜਪਜੀ ਸਾਹਿਬ ਦੇ ਕਰਨੇ ਹਨ ਔਰ ਉਹ ਅੰਮ੍ਰਿਤ ਜਲ ਜਿੱਥੇ ਰੋਗ ਹੈ ਉੱਥੇ ਵੀ ਮਲਣਾ ਉੱਥੇ ਵੀ ਛਿੱਟਾ ਮਾਰਨਾ ਉਸ ਤੋਂ ਉਪਰੰਤ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੋ ਇੱਕ ਜਲ ਦਾ ਗੜਵਾ ਗੁਰੂ ਸਾਹਿਬ ਦੇ ਕੋਲ ਰੱਖੋ ਤੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਸੁਣਨਾ ਵੀ ਹੈ ਤੇ ਰੋਜ਼ ਕਰਨਾ ਵੀ ਹੈ ਉਸ ਜਲ ਨੂੰ ਤੁਸੀਂ ਆਪ ਵੀ ਛਕਣਾ ਤੇ ਰਾਣੀ ਨੂੰ ਵੀ ਛਕਾਉਣਾ ਗੁਰੂ ਕਿਰਪਾ ਕਰੇਗਾ ਸਰਬ ਰੋਗ ਕਾ ਅਵਖਦ ਨਾਮ ਹੈ ਗੁਰੂ ਭਲੀ ਕਰੇਗਾ ਗੁਰੂ ਨਾਨਕ ਦੇ ਦਰ ਤੇ ਜੇ ਕੋਈ ਬਚਨ ਕਮਾਵੇ ਸੰਤਨ ਕਾ ਗੁਰੂ ਨਾਨਕ ਦੇ ਦਰ ਤੇ ਆ ਕੇ ਗੁਰੂ ਨਾਨਕ ਦੇ ਪਿਆਰੇ ਗੁਰੂ ਨਾਲ ਜੋੜਦੇ ਹਨ ਤੇ ਜੇ ਕੋਈ ਸਿਮਰਨ ਵਿੱਚ ਜੁੜ ਜਾਵੇ ਤਾਂ ਸਭ ਕੁਛ ਮਿਲਦਾ ਗੁਰੂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ ਤੁਸੀਂ ਨਿਤਨੇਮ ਨਹੀਂ ਛੱਡਣਾ ਹੁਣ ਖੁਸ਼ੀ ਖੁਸ਼ੀ ਰਾਜਾ ਤੇ ਰਾਣੀ ਵਾਪਸ ਘਰ ਆਏ ਅੰਮ੍ਰਿਤ ਵੇਲੇ ਜਾਗਦੇ ਹਨ ਇਸ਼ਨਾਨ ਕਰਦੇ ਹਨ ਪੰਜ ਪਾਠ ਰੋਜ਼ ਪਿਆਰ ਦੇ ਨਾਲ ਜਪਜੀ ਸਾਹਿਬ ਦੇ ਕਰਨੇ ਉਪਰੰਤ ਫਿਰ ਗੁਰਦੁਆਰਾ ਸਾਹਿਬ ਜਾ ਕੇ ਅੰਮ੍ਰਿਤ ਜਲ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ ਉਹ ਅੰਮ੍ਰਿਤ ਪੀਣਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਏਡੀਆਂ ਬਖਸ਼ਿਸ਼ਾਂ ਕੀਤੀਆਂ ਏਡੀਆਂ ਰਹਿਮਤਾਂ ਕੀਤੀਆਂ ਕਿ ਰਾਜੇ ਦਾ ਰੋਗ ਵੀ ਨਿਵਰਤ ਹੋ ਗਿਆ ਤੇ ਨਿਰੰਕਾਰ ਨੇ ਉਹਨਾਂ ਦੇ ਘਰ ਇੱਕ ਸੋਹਣਾ ਲਾਲ ਵੀ ਭੇਜ ਦਿੱਤਾ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ
ਨਾਮ ਰਚੀ ਸਾਰੇ ਪਦਾਰਥ ਹਨ ਜੋ ਹਜ਼ੂਰ ਬਖਸ਼ਿਸ਼ ਕਰ ਰਹੇ ਹਨ। ਸੁੱਖ ਪਾਵੋ, 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 ਸੁੱਖ ਪਾਵੋ। ਸ਼ੁਕਰ ਤੇਰਾ ਤੂੰ ਨਿਧਾਮਾ
जय गुरु जी की। अब हम मंत्र जाप करेंगे।
Oh!
ਪਾਲਨ ਕਰਤਾ ਓਮ ਜੈ ਸ਼ਿਵ।